ਕੱਟਸ ਤੇ ਬਹੁਤ ਸਾਰੇ ਕੱਟਸ ਜਿੱਥੇ ਓਨਟੇਰੀਓ ਸਰਕਾਰ ਵੱਲੋਂ ਲਗਾਤਾਰ ਕੱਟਸ ਕੀਤੇ ਜਾ ਰਹੇ ਹਨ ਜਦ ਅਸੀਂ ਹੈਲਥ ਕੇਅਰ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਔਟਿਜ਼ਮ ਪ੍ਰੋਗਰਾਮ ਦੀ ਗੱਲ ਕਰੀਏ ਕਿਸੇ ਦੀ ਵੀ ਗੱਲ ਕਰੀਏ ਓਨਟੇਰੀਓ ਸਰਕਾਰ ਲਗਾਤਾਰ ਕੱਟਸ ਕਰੀ ਜਾ ਰਹੀ ਹੈ ਜਿਸ ਦਾ ਲੋਕਾਂ ਵਿੱਚ ਕਾਫੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹ ਕਾਫੀ ਰੋਸ ਵੀ ਪ੍ਰਗਟ ਕਰ ਰਹੇ ਹਨ ਲਗਾਤਾਰ ਪ੍ਰੋਟੈਸਟ ਵੀ ਕੀਤੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਓਨਟੇਰੀਓ ਦੀ ਓਪੋਜੀਸ਼ਨ ਪਾਰਟੀ ਵੱਲੋਂ ਵੀ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਈ ਪ੍ਰੋਟੈਸਟ ਕੀਤੇ ਜਾ ਰਹੇ ਹਨ ਹਰ ਕੱਟ ਦਾ ਸਵਾਲ ਕੀਤਾ ਜਾ ਰਿਹਾ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਹਨ ਪ੍ਰਵਾਸੀ ਅਤੇ ABP ਸਾਂਝਾ ਵਿੱਚ ਗੁਰਰਤਨ ਸਿੰਘ ਜੀ ਜੋ ਕਿ ਬ੍ਰੈਂਪਟਨ ਈਸਟ ਤੋਂ MPP ਹਨ NDP MPP ਥੈਂਕ ਯੂ ਸੋ ਮੱਚ ਗੁਰਰਤਨ ਜੀ ਫੋਰ ਕਮਿੰਗ ਟੂ ਆਰ ਸਟੂਡੀਓ ਐਂਡ ਬਹੁਤ ਸਾਰੀ ਗੱਲਾਂ ਤੁਹਾਡੇ ਨਾਲ ਅਸੀਂ ਕਰਨੀਆਂ ਹਨ ਬਹੁਤ ਸਾਰੀਆਂ ਚੀਜ਼ਾਂ ਦੀ ਕਲੈਰੀਫਿਕੇਸ਼ਨ ਤੁਹਾਡੇ ਤੋਂ ਲੈਣੀ ਹੈ ਜਿੱਥੇ ਓਨਟੇਰੀਓ ਸਰਕਾਰ ਇੰਨੇ ਕੱਟਸ ਕਰ ਰਹੀ ਹੈ ਉੱਥੇ ਓਪੋਜੀਸ਼ਨ ਪਾਰਟੀ ਦੇ ਉੱਤੇ ਕੀ ਟੇਕ ਹੈ ਅਤੇ ਕੀ ਟੇਕ ਹੋ ਸਕਦਾ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਵੈਲਕਮ ਟੂ ਆਰ ਸਟੂਡੀਓ ਥੈਂਕ ਯੂ ਸੋ ਮੱਚ ਜੀ ਅਤੇ ਸਾਰੇ ਵਿਊਜ਼ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਰਤਨ ਜੀ ਬਾਰੇ ਮੈਂ ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੀ ਗੁਰਰਤਨ ਜੀ ਬੈਚਲਰ ਆਫ ਆਨਰਸ ਹਨ ਰਿਲੀਜੀਅਸ ਸਟੱਡੀਜ਼ ਤੋਂ ਉਸ ਤੋਂ ਇਲਾਵਾ ਉਹਨਾਂ ਨੇ ਔਸਕੁਟ ਲਾਅ ਸਕੂਲ ਤੋਂ ਵੀ ਜੋ ਕਿ ਹੈ ਬੈਚਲਰਸ ਕੀਤੀ ਹੈ ਲਾਅ ਦੇ ਵਿੱਚ ਅਤੇ ਉਹ ਕ੍ਰਿਮੀਨਲ ਲਾਅਰ ਦੇ ਤੌਰ 'ਤੇ ਕਾਫੀ ਸਮੇਂ ਤੱਕ ਕੰਮ ਵੀ ਕਰਦੇ ਰਹੇ ਹਨ ਅਤੇ ਆਪਣੇ ਬ੍ਰਦਰ ਦੇ ਨਾਲ ਅੱਜ ਉਹ ਸਾਡੇ ਪ੍ਰੋਵਿੰਸ਼ੀਅਲ ਗਵਰਨਮੈਂਟ 'ਚ ਸ਼ਾਮਿਲ ਹਨ ਹੀ ਇਜ਼ ਸਰਵਿੰਗ ਫੋਰ ਦਾ ਪਬਲਿਕ ਹੀ ਇਜ਼ ਸਰਵਿੰਗ ਟੂ ਦਾ ਪਬਲਿਕ ਐਂਡ ਹੀ ਇਜ਼ ਰੈਡੀ ਟੂ ਸਰਵ ਦਾ ਪਬਲਿਕ ਸੋ ਥੈਂਕ ਯੂ ਸੋ ਮੱਚ ਵੰਸ ਅਗੇਨ ਫੋਰ ਜੁਆਇਨਿੰਗ ਅਸ ਅਤੇ ਹਾਓ ਆਰ ਯੂ ਫੀਲਿੰਗ I'm excited. It's a lot of hard work. Main gal ehi hai ke jadon loka mainu support dete saath deta oda awaaz ban layi Queen's Park de vich assi is cheez nu kaafi seriously leya te from the day we've been elected to now je koi issue hunda jehda Brampton nu affect karda paame healthcare university jaan auto insurance we've been fighting hard assi har cut te har cancellation de utte assi Queen's Park vich assi roz bolne aa and we're fighting hard to make sure that Brampton is a better community and city. Before we dig into the questions and the discussions and the topic, thoda ja main gal karna chahwangi tode brother Jagmeet Singh jo ki NDP leader han is vele unna di book launch te kal hi unna di book jehdi hai launch hui hai Love and Courage uchne unna ne khaas taur te toda bada hi sweet mention kita hai ki he was like a he's a father to you, a mentor to you. I'm pretty sure he is still a father, like a mentor to you. And what kind of role you played in his life. So what do you have to say about that? So sab to pehla main ehi kehna chahunda ke jehda step Jagmeet Singh ne liya inna openly all the story wari gal karni hai, it's a very tough thing to do. Te main unnu vadhai dena chahunda ke he had this much courage to talk so openly about his struggles. Te jo kuch main personally dekhe hoya, ਜਿਹੜੇ ਕਮਿਊਨਿਟੀ ਦਾ ਰਿਸਪਾਂਸ ਹੈ ਪੀਪਲ ਆਰ ਸੋ ਸਪੋਰਟਿਵ ਕਿਉਂਕਿ ਸਾਨੂੰ ਪਤਾ ਜਿਹੜੇ ਇਸ਼ੂਜ਼ ਉਹ ਟੱਚ ਕੀਤਾ ਹੋਇਆ ਇਟ ਇੰਪੈਕਟਸ ਆਰ ਹੋਲ ਕਮਿਊਨਿਟੀ ਅਤੇ ਇਟਸ ਸੋ ਇੰਪੋਰਟੈਂਟ ਦੇ ਇਹ ਜਿਹੜੇ ਇਸ਼ੂਜ਼ ਕਈ ਵਾਰੀ ਅਸੀਂ ਪਿੱਛੇ ਰੱਖਦੇ ਹਾਂ ਔਰ ਵੀ ਟ੍ਰਾਈ ਟੂ ਕਵਰ ਇਟ ਅਪ ਇਟਸ ਇੰਪੋਰਟੈਂਟ ਦੇ ਜੇ ਕੋਈ ਇਸ਼ੂ ਜੇ ਤੁਹਾਡਾ ਕੋਈ ਐਨੀਥਿੰਗ ਦੈਟ ਇੰਪੈਕਟਸ ਯੂ ਜ਼ਰੂਰੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਇਸ ਚੀਜ਼ ਨੂੰ ਲੋਕਾਂ ਨਾਲ ਗੱਲ ਕਰਨੀ ਹੈ ਤਾਂ ਕਿ ਅਸੀਂ ਜੇ ਅਸੀਂ ਇਸ਼ੂ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਫਿਰ ਅਸੀਂ ਹੱਲ ਲੱਭ ਸਕਦੇ ਸੋ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਇਟਸ ਕਰੇਜਸ ਐਂਡ ਆਮ ਵੈਰੀ ਪ੍ਰਾਊਡ ਆਫ ਹਿਮ ਫਾਰ ਟੇਕਿੰਗ ਦਿਸ ਸਟੈਪ ਐਬਸੋਲੂਟਲੀ ਸੋ ਬਿਫੋਰ ਯੂ ਐਂਟਰਡ ਇਨਟੂ ਯੂਅਰ ਪੋਲੀਟੀਕਲ ਕਰੀਅਰ ਡਿਡ ਯੂ ਰੀਲੀ ਵਾਂਟ ਟੂ ਬੀ ਅ ਪੋਲੀਟੀਸ਼ੀਅਨ ਔਰ ਯੂ ਕਾਈਂਡ ਆਫ ਮੇਡ ਅਪ ਯੂਰ ਮਾਈਂਡ ਟੂ ਗੈਟ ਇਨਟੂ ਪੋਲੀਟਿਕਸ ਮੇਨ ਚੀਜ਼ ਇਹੀ ਸੀਗਾ ਕਿ ਸ਼ੁਰੂ ਤੋਂ ਪਿਛਲੇ 10 ਸਾਲ ਲਈ ਅਸੀਂ ਕਮਿਊਨਿਟੀ ਦੇ ਵਿੱਚ ਅਸੀਂ ਕਾਫੀ ਐਕਟਿਵ ਰਿਹਾ ਅਤੇ ਅਸੀਂ ਕਮਿਊਨਿਟੀ ਦੇ ਜਦੋਂ ਕੋਈ ਇਸ਼ੂ ਹੁੰਦਾ ਖਾਸ ਤੌਰ 'ਤੇ ਪਹਿਲਾਂ ਅਸੀਂ ਯੂਥ ਤੋਂ ਕੋਈ ਇਸ਼ੂ ਹੁੰਦੇ ਨੇ ਵੀ ਵਰਕ ਲਾਰ ਇਨ ਯੂਥ ਔਰਗਨਾਈਜ਼ਿੰਗ ਅਸੀਂ ਉਹਦੇ 'ਤੇ ਅਸੀਂ ਕਾਫੀ ਕੰਮ ਕੀਤਾ ਸੀਗਾ ਐਂਡ ਉਹ ਸ਼ੁਰੂ ਦੇ ਵਿੱਚ ਮੇਰਾ ਉਹ ਇਜ਼ ਇਹ ਮੇਰਾ ਮਕਸਦ ਸੀਗਾ ਕਿ ਆਈ ਵਾਂਟ ਟੂ ਹੈਲਪ ਸਪੋਰਟ ਆਰ ਕਮਿਊਨਿਟੀ ਰਾਈਟ ਮੈਂ ਜੇ ਕੋਈ ਇਸ਼ੂ ਹੁੰਦਾ ਜੇ ਕੋਈ ਮਸਲਾ ਹੁੰਦਾ ਉਸ ਇਸ਼ੂ ਦੇ 'ਤੇ ਆਈ ਵਾਂਟ ਟੂ ਵਰਕ ਫੋਰ ਟੂ ਹੈਲਪ ਆਰ ਕਮਿਊਨਿਟੀ ਸੋ ਜਦੋਂ ਜਗਮੀਤ ਸਿੰਘ ਇਲੈਕਟ ਹੋ ਗਿਆ ਫੈਡਰਲੀ ਆਈ ਵਾਂਟ ਟੂ ਕੰਟੀਨਿਊ that representation because Brampton the which khas to the sanu pata ke we have a lot of issues we have a lot of problems main jitte tin hunde re jinda main hone hone jinda kya si ka healthcare auto insurance the education te sanu representatives chahide ne jehde community de jadon koi issue hunda te they'll speak openly about it and they'll fight for the community so my goal always is to support the community to serve the community te jadon mainu koi mauka milda is kaam karan layi I'm always ready for it
ਐਬਸੋਲੂਟਲੀ ਸੋ ਸੋ ਆਪਾਂ ਹੁਣ ਗੱਲ ਕਰਦੇ ਹਾਂ ਇਸ਼ੂਜ਼ ਬਾਰੇ ਹੀ ਜਿਹੜੇ ਲੋਕਾਂ ਲਈ ਬਹੁਤ ਇੰਪੋਰਟੈਂਟ ਹਨ, ਜਿਹੜੇ ਕੱਟਸ ਕੀਤੇ ਜਾ ਰਹੇ ਹਨ, ਜਿਸ ਲਈ ਉਹ ਕਾਫੀ ਰੋਜ਼ ਪ੍ਰਗਟ ਕਰ ਰਹੇ ਹਨ, ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ। ਮੈਨੂੰ ਪਤਾ ਹੈ ਕਿ ਤੁਹਾਡਾ ਸਟੈਚਰ ਇਸ ਵੇਲੇ ਇਹ ਵੀ ਹੈ ਕਿ ਤੁਸੀਂ ਆਟੋ ਇੰਸ਼ੋਰੈਂਸ ਦੇ ਓਫਿਸ਼ੀਅਲ ਕ੍ਰਿਟਿਕ ਵੀ ਹੋ, ਅਤੇ ਹਾਲ ਹੀ ਵਿੱਚ ਅਸੀਂ ਜਿਹੜੀ ਡਗ ਫੋਰ ਵੱਲੋਂ ਚੇਂਜਸ ਕੀਤੇ ਗਏ ਉਹ 'ਚ ਆਟੋ ਇੰਸ਼ੋਰੈਂਸ ਦਾ ਇੰਨਾ ਮੈਂਸ਼ਨ ਨਹੀਂ ਕੀਤਾ ਗਿਆ ਹੈ, ਅਤੇ ਉਸ ਦੇ ਬਾਰੇ NDP ਦਾ ਕੀ ਟੇਕ ਹੈ? ਸੋ ਮੇਨ ਚੀਜ਼ ਇਹੀ ਹੈ ਕਿ ਸਭ ਤੋਂ ਪਹਿਲੀ ਗੱਲ, ਜਦੋਂ ਅਸੀਂ ਆਟੋ ਇੰਸ਼ੋਰੈਂਸ ਬਾਰੇ ਗੱਲ ਕਰਦੇ ਹਾਂ, ਅਸੀਂ ਇਸ ਚੀਜ਼ ਨੂੰ ਪਹਿਲਾਂ ਥੋੜ੍ਹਾ ਟੱਚ ਕਰਨਾ ਚਾਹੀਦਾ ਕਿ ਇਹ ਕਿੰਨੀ ਵੱਡੀ ਇਸ਼ੂ ਹੈਗਾ ਸਾਡੀ ਕਮਿਊਨਿਟੀ ਦੇ ਵਿੱਚ। ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰਦੇ ਨੇ ਕਿ ਘਰਾਂ ਦੇ ਵਿੱਚ ਉਹ ਐਕਚੁਅਲੀ ਆਰੋ ਇੰਸ਼ੋਰੈਂਸ ਵਾਸਤੇ ਜ਼ਿਆਦਾ ਪੈਸੇ ਦਿੰਦੇ ਹੋ ਕੰਪੇਅਰ ਟੂ ਦਰ ਹੋਮ ਮੋਰਗੇਜ, ਸੋ ਲੋਕ ਬਹੁਤ ਤੰਗ ਨੇ ਕਿਉਂਕਿ ਇਟਸ ਰੀਲੀ ਰੀਲੀ ਐਕਸਪੈਂਸਿਵ ਦਿਸ ਕਾਸਟ ਆਫ ਆਰੋ ਇੰਸ਼ੋਰੈਂਸ। ਅਤੇ ਬਿਨੇ ਮਤਲਬ ਜੇ ਤੁਸੀਂ ਬਰੈਂਪਟਨ ਵਿੱਚ ਰਹਿੰਦੇ ਹੋ ਉੱਥੇ ਤੁਹਾਨੂੰ ਜ਼ਿਆਦਾ ਰੇਟ ਕਾਰ ਇੰਸ਼ੋਰੈਂਸ ਰੇਟ ਮਿਲਦੇ ਆ। ਜੇ ਤੁਸੀਂ ਕੈਲਨਰ ਵਿੱਚ ਜਾਂਦੇ ਹੋ ਕਈ ਵਾਰੀ ਤੁਹਾਡੇ ਕਾਰ ਇੰਸ਼ੋਰੈਂਸ ਦੀ ਰੇਟ ਅੱਧਾ ਹੁੰਦਾ, ਅਤੇ ਇਹ ਇੱਕ ਕਿਸਮ ਦਾ ਡਿਸਕ੍ਰਿਮੀਨੇਸ਼ਨ ਹੈ, ਇਹ ਇੱਕ ਕਿਸਮ ਦਾ ਬੇਇਨਸਾਫੀ ਹੈ, ਐਂਡ ਵੀ ਸ਼ੁੱਡ ਅਪੋਜ਼ ਦਿਸ ਐਂਡ ਵੀ ਸ਼ੁੱਡ ਫਾਈਟ ਦਿਸ। ਸੋ ਜਦੋਂ ਅਸੀਂ ਬਜਟ ਹੁਣੇ ਹੁਣੇ ਪੜਿਆ ਪਿਛਲੇ ਹਫ਼ਤੇ ਜਦੋਂ ਰਿਲੀਜ਼ ਹੋ ਗਿਆ ਸੀਗਾ, ਵੀ ਲੁੱਕਡ ਐਟ ਇਟ ਪ੍ਰੀਟੀ ਐਕਸਟੈਂਸਿਵਲੀ, ਅਤੇ ਇਹ ਸਾਨੂੰ ਪਤਾ ਲੱਗਿਆ ਕਿ ਦ ਬਜਟ ਐਕਚੁਅਲੀ ਡਜ਼ਨਟ ਰੀਲੀ ਟੈਕਲ ਪੋਸਟ ਕੋਡ ਡਿਸਕ੍ਰਿਮੀਨੇਸ਼ਨ। ਉਹ ਤਾਂ ਸਿਰਫ ਇੱਕ ਮੈਂਸ਼ਨ ਹੈਗਾ ਪੋਸਟ ਕੋਡ ਡਿਸਕ੍ਰਿਮੀਨੇਸ਼ਨ ਬਾਰੇ, ਉਹੀ ਜਿਹੜਾ ਬਿੱਲ MPP ਮਿਲਟਨ ਤੋਂ ਲੈ ਕੇ ਆਇਆ ਸੀਗਾ, ਉਹ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਸੀਗਾ, ਅਤੇ ਉਹ ਪੇਸ਼ ਕੀਤਾ ਸੀਗਾ। ਅਤੇ ਜਦੋਂ ਮੈਂ ਐਕਚੁਅਲੀ ਬਿੱਲ ਪੇਸ਼ ਕੀਤਾ ਸੀਗਾ ਪਹਿਲਾਂ ਹੀ ਪਿਛਲੇ ਸਾਲ, ਵੀ ਹੈਡ ਮਾਈ ਬਿੱਲ ਐਂਡ ਦ ਕੰਜ਼ਰਵੇਟਿਵ ਬਿੱਲ, ਅਤੇ ਮੈਂ ਦੋਹੋਂ ਜਿਹੜੇ ਬਿੱਲਾਂ ਨੇ ਆਈ ਪੁੱਟ ਟੂ ਸਮ ਲੋਇਰਸ, ਮੈਂ ਉਹਨੂੰ ਪ੍ਰਜੈਂਟ ਕੀਤਾ ਸੀਗਾ ਕਿ ਤੁਸੀਂ ਦੋਨੇ ਬਿੱਲ ਨੂੰ ਪੜ੍ਹੋ ਅਤੇ ਤੁਸੀਂ ਸਾਨੂੰ ਲੋਕਾਂ ਪਬਲਿਕ ਨੂੰ ਦੱਸੋ ਕਿ ਕਿਹੜਾ ਬਿੱਲ ਵਧੀਆ ਹੈਗਾ। ਉਹ ਦੋਨੇ ਬਿੱਲਸ ਪੜ੍ਹਿਆ, 30 ਲੋਇਰਸ ਦੋਨੇ ਬਿੱਲ ਪੜ੍ਹਿਆ, ਅਤੇ ਓਵਰ 30 ਲੋਇਰਸ ਨੇ ਇੱਕ ਓਪਨ ਲੈਟਰ ਲਿਖੀ ਸੀ ਕਿ ਮੇਰੇ ਬਿੱਲ ਐਕਚੁਅਲੀ ਆਰੋ ਇੰਸ਼ੋਰੈਂਸ ਨੂੰ ਬੰਦ ਕਰਨਾ ਸੀ, ਆਰੋ ਇੰਸ਼ੋਰੈਂਸ ਡਿਸਕ੍ਰਿਮੀਨੇਸ਼ਨ ਨੂੰ ਹਟਾਉਣਾ ਸੀਗਾ। ਅਤੇ ਪਰਮਗਿੱਲ ਦਾ ਬਿੱਲ ਸੀਗਾ ਜਿਹੜਾ MPP ਮਿਲਟਨ ਤੋਂ, ਉਹਦਾ ਬਿੱਲ ਇੱਕ ਬਹੁਤ ਬਹੁਤ ਵੱਡੀ ਲੂਪ ਹੋਲ ਸੀਗਾ, ਇੱਕ ਬੈਕਡੋਰ ਸੀਗਾ, ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀਸ ਫਿਰ ਵੀ ਤੁਹਾਡੇ ਇਲਾਕਾ ਕਰਕੇ, ਤੁਹਾਡੇ ਏਅਰ ਰਿਕਾਰਡ ਕਰਕੇ ਫਿਰ ਵੀ ਤੁਹਾਨੂੰ ਡਿਸਕ੍ਰਿਮੀਨੇਟ ਕਰ ਸਕਦੇ, ਪੋਸਟ ਕੋਡ ਡਿਸਕ੍ਰਿਮੀਨੇਸ਼ਨ ਕਰ ਸਕਦੇ। ਜਦੋਂ ਅਸੀਂ ਕੁਛ ਇੰਸ਼ੋਰੈਂਸ ਕੰਪਨੀਸ ਨਾਲ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਬ੍ਰੈਂਪਟਨ 'ਚ ਆਟੋ ਇੰਸ਼ੋਰੈਂਸ ਰੇਟਸ ਇੰਨੇ ਜ਼ਿਆਦਾ ਕਿਉਂ ਹਨ, ਅਤੇ ਕੁਛ ਇੰਸ਼ੋਰੈਂਸ ਕੰਪਨੀਸ ਦਾ ਇਹ ਕਹਿਣਾ ਹੈ ਕਿ ਕੇਸਿਸ ਇੰਨੇ ਜ਼ਿਆਦਾ ਫਰੋਡ ਦੇ ਆ ਚੁੱਕੇ ਹਨ, ਉਹ ਪਾਈਲ ਅਪ ਅਤੇ ਪਾਈਲ ਅਪ ਹੋਈ ਜਾ ਰਹੇ ਹਨ, ਅਤੇ ਕਹਿੰਦੇ ਕਿ ਉਹਨਾਂ ਕੋਲ ਟਾਈਮ ਨਹੀਂ ਹੈਗਾ, ਕੋਈ ਸਲਿਊਸ਼ਨ ਨਹੀਂ ਹੈਗਾ, ਜਦ ਤੱਕ ਉਹ ਕੇਸਿਸ ਨਹੀਂ ਹੱਲ ਹੋਣਗੇ ਉਹ ਇਹਦੀ ਗਹਿਰਾਈ ਤੱਕ ਨਹੀਂ ਜਾ ਸਕਦੇ, ਠੀਕ ਹੈ। ਦੂਜੀ ਗੱਲ ਇਹ ਵੀ ਹੈ ਕਿ ਜਿੱਥੇ ਉਹ ਇੱਕ ਮਸਲਾ ਹੈ, ਦੂਜਾ ਮਸਲਾ ਇਹ ਵੀ ਹੈ ਕਿ ਲੋਕ ਕਿਉਂਕਿ ਬ੍ਰੈਂਪਟਨ ਆਟੋ ਇੰਸ਼ੋਰੈਂਸ ਰੇਟ ਇੰਨੇ ਜ਼ਿਆਦਾ ਨੇ, ਬਾਹਰਲੀ ਸਿਟੀਜ਼ 'ਚ ਜਾ ਕੇ ਰਜਿਸਟਰ ਕਰ ਰਹੇ ਹਨ, ਅਤੇ ਉਹਦੇ ਨਾਲ ਲਗਾਤਾਰ ਡੇ ਬਾਏ ਡੇ ਫਰੋਡ ਵੱਧ ਵੀ ਰਿਹਾ ਹੈ। ਸੋ ਮੇਨ ਚੀਜ਼ ਇਹੀ ਹੈ, ਜਦੋਂ ਅਸੀਂ ਆਟੋ ਇੰਸ਼ੋਰੈਂਸ ਸਿਚੁਏਸ਼ਨ ਅਸੀਂ ਦੇਖਦੇ ਹਾਂ, ਜਦੋਂ ਅਸੀਂ ਆਟੋ ਇੰਸ਼ੋਰੈਂਸ ਕੰਪਨੀਜ਼ ਨੂੰ ਖਾਸ ਤੌਰ 'ਤੇ ਦੇਖਦੇ ਹਾਂ, ਦੇ ਆਰ $1 billion ਕਾਰਪੋਰੇਸ਼ਨਸ, ਦੇ ਆਰ ਮੇਕਿੰਗ ਸੋ ਮਚ ਪ੍ਰੋਫਿਟ ਐਵਰੀ ਈਅਰ। ਇੱਕ ਰਿਪੋਰਟ ਆਇਆ ਸੀਗਾ ਇੱਕ ਯੂਨੀਵਰਸਿਟੀ ਪ੍ਰੋਫੈਸਰ ਤੋਂ, ਲਜ਼ਾਰ ਯੋਰਕ ਯੂਨੀਵਰਸਿਟੀ ਤੋਂ, ਅਤੇ ਉਸ ਰਿਪੋਰਟ 'ਚ ਇਹੀ ਲਿਖਿਆ ਸੀਗਾ ਕਿ ਆਟੋ ਇੰਸ਼ੋਰੈਂਸ ਕੰਪਨੀਜ਼ ਆਰ ਓਵਰ ਚਾਰਜਿੰਗ ਓਨਟੇਰੀਅਨਸ $1 billion ਏ ਈਅਰ। ਉਹ ਐਕਚੁਅਲੀ ਰਿਸਰਚ ਕੀਤਾ ਸੀਗਾ ਪਿਛਲੇ ਸਾਲਾਂ ਦੇ ਵਿੱਚ, ਅਤੇ ਉਹਨੂੰ ਦੇਖਿਆ ਸੀਗਾ ਕਿ ਇਨ ਦਾ ਪਾਸਟ 4-5 years ਵੀ ਆਰ ਓਵਰ ਚਾਰਜ $4.5 billion ਚਾਰਜਸ, ਜਿਹੜਾ ਇਹ ਕਹਿਣ ਦਾ ਮਤਲਬ ਓਵਰ ਚਾਰਜਸ, ਸੋ ਖਾਸ ਤੋਂ ਵੱਧ ਸਾਨੂੰ ਓਵਰ ਚਾਰਜ ਹੋ ਗਿਆ। ਇਸ ਜਿਹੜੇ ਕੰਪਨੀ ਰੋਜ਼ ਹਰ ਸਾਲ ਦੇ ਮੇਕਿੰਗ ਐਕਸਟਰਾ ਪ੍ਰੋਫਿਟਸ, ਦਾ ਪ੍ਰੋਫਿਟ ਮਾਰਜਨ ਗੋਇੰਗ ਹਾਇਰ ਐਂਡ ਹਾਇਰ, ਅਤੇ ਸਾਡੇ ਜਿਹੜਾ ਪ੍ਰੀਮੀਅਮਸ ਦਾ ਕਾਸਟ ਉਹ ਤਾਂ ਵੀ ਹਰ ਸਾਲ ਨੂੰ ਇਨਕਰੀਜ਼ ਹੋ ਜਾਂਦਾ। ਸੋ ਜੇ ਜਦੋਂ ਅਸੀਂ ਸਬੂਤ ਦੇਖਦੇ ਹਾਂ, ਇੱਕ ਪਾਸੇ 'ਤੇ ਵੀ ਸੀ ਇੰਸ਼ੋਰੈਂਸ ਕੰਪਨੀਜ਼ $1 billion ਇੰਸ਼ੋਰੈਂਸ ਕੰਪਨੀਜ਼ ਮੇਕਿੰਗ ਸੋ ਮੈਨੀ ਪ੍ਰੋਫਿਟਸ, ਦੂਸਰੇ ਸਾਈਡ 'ਤੇ ਅਸੀਂ ਦੇਖਦੇ ਹਾਂ ਜਿਹੜਾ ਆਮ ਜਿਹੜਾ ਡਰਾਈਵਰ ਦਾ ਲੋਕਲ ਪਬਲਿਕ, ਉਹਦੇ ਉੱਤੇ ਜ਼ਿਆਦਾ ਰੋਜ਼ ਹਰ ਸਾਲ ਜ਼ਿਆਦਾ ਪ੍ਰੈਸ਼ਰ ਪਾਈ ਜਾਂਦਾ ਕਾਸਟ ਵਾਸਤੇ। ਸੋ ਆਈ ਡਿਸਅਗਰੀ ਵਿਦ ਦਿਸ ਪੋਜੀਸ਼ਨ। ਮੈਨੂੰ ਲੱਗਦਾ ਕਿ ਕੈਨੇਡਾ ਓਨਟੇਰੀਓ ਦੇ ਵਿੱਚ ਜਿੱਥੇ ਇੰਸ਼ੋਰੈਂਸ ਕੰਪਨੀਜ਼ ਇੰਨੇ ਜ਼ਿਆਦਾ ਪ੍ਰੋਫਿਟਸ ਕਮਾਉਂਦੇ ਨੇ, ਉਹਨੂੰ ਇੰਨੇ ਜ਼ਿਆਦਾ ਪ੍ਰੋਫਿਟਸ ਮਿਲਦੇ ਨੇ, ਦੀਜ਼ ਪ੍ਰੋਫਿਟਸ ਸ਼ੁੱਡ ਬੀ ਪਾਸਡ ਔਨ ਟੂ ਦ ਕੰਜ਼ਿਊਮਰ, ਟੂ ਡਰਾਈਵਰਸ, ਅਤੇ ਸਾਡੇ ਰੇਟ ਘੱਟ ਹੋਣੀ ਚਾਹੀਦੀ ਹੈ, ਅਤੇ ਦੇਅਰ ਪ੍ਰੋਫਿਟ ਸ਼ੁੱਡ ਬੀ ਇਨ ਰੈਗੂਲੇਟਡ, ਤਾਂ ਕਿ ਵੀ ਹੈਵ ਮੋਰ ਫੇਅਰਨੈਸ ਇਨ ਦ ਸਿਸਟਮ। ਸੋ ਇਨ ਨਟਸ਼ੈਲ ਫੋਰ ਅ ਲੇ ਪਰਸਨ, ਤੁਸੀਂ ਕੀ ਸੋਲੂਸ਼ਨ ਪ੍ਰਪੋਜ਼ ਕਰਦੇ ਹੋ, NDP ਵੱਲੋਂ ਕੀ ਪ੍ਰਪੋਜ਼ ਹੁੰਦਾ ਹੈ? ਸੋ ਐਕਚੁਅਲੀ ਅਸੀਂ ਦੋ ਬਿੱਲ ਸਾਡੇ ਪਾਰਟੀ ਤੋਂ ਅਸੀਂ ਐਕਚੁਅਲੀ ਆਲਰੇਡੀ ਪੇਸ਼ ਕੀਤਾ ਸੀਗਾ। ਇੱਕ ਸੋਲੂਸ਼ਨ ਇਹ ਸੀਗਾ ਕਿ ਜਿਹੜਾ ਮੇਰਾ ਬਿੱਲ ਮੈਂ ਲਿਖਿਆ ਸੀਗਾ ਪੋਸਟ ਕੋਡ ਡਿਸਕ੍ਰਿਮੀਨੇਸ਼ਨ ਨੂੰ ਬੰਦ ਕਰਾਉਣ ਲਈ, ਮੈਂ ਉਹ ਪੇਸ਼ ਕੀਤਾ ਸੀਗਾ। ਮੇਨ ਚੀਜ਼ ਇਹੀ ਸੀ ਕਿ ਤੁਹਾਡੇ ਇਲਾਕਾ ਕਰਕੇ, ਤੁਹਾਡੇ ਏਅਰ ਕੋਡ ਕਰਕੇ, ਤੁਹਾਡੇ ਪੋਸਟ ਕੋਡ ਕਰਕੇ ਤੁਹਾਨੂੰ ਜ਼ਿਆਦਾ ਰੇਟ ਨਹੀਂ ਮਿਲਣੀ ਚਾਹੀਦੀ ਹੈ।
ਜਿੱਦਾਂ ਅਸੀਂ ਇਗਜ਼ਾਮਪਲ ਤੁਹਾਨੂੰ ਦਿੱਤਾ ਸੀਗਾ, ਜੇ ਬੰਦਾ ਬਰੈਂਪਟਨ ਵਿੱਚ ਰਹਿੰਦਾ ਉਹਨੂੰ ਇੱਕ ਰੇਟ ਮਿਲਦਾ, ਜੇ ਉਹ ਕੈਲਰਨ ਵਿੱਚ ਜਾਂਦਾ ਕਈ ਵਾਰੀ ਉਹਦਾ ਰੇਟ ਅੱਧਾ ਹੁੰਦਾ। ਇਹਦਾ ਕਹਿਣ ਦਾ ਮਤਲਬ ਬਰੈਂਪਟਨ ਰਹਿਣ ਦੇ ਵਿੱਚ ਇੱਕ ਸਾਜਾ ਬਣ ਗਿਆ, ਅਤੇ ਇਹ ਗਲਤ ਹੈ ਅਤੇ ਇਹ ਇੱਦਾਂ ਨਹੀਂ ਹੋਣੀ ਚਾਹੀਦੀ ਹੈ। ਸੋ ਇਹ ਇੱਕ ਸਲਿਊਸ਼ਨ ਸੀਗਾ। ਦੂਸਰਾ ਸਲਿਊਸ਼ਨ, ਇੱਕ ਕਾਫੀ ਵਧੀਆ MPP ਮੇਰੇ ਮਿੱਤਰ ਮੇਰੇ ਫਰੈਂਡ ਹੈ NDP ਸਾਡਾ ਕਾਕਸ ਤੋਂ, ਉਹਦਾ ਨਾਮ ਹੈਗਾ ਠਾਮ ਕੋਜਵਿਕ ਹੰਬਰ ਰਿਵਰ ਬਲੈਕ ਕ੍ਰੀਕ ਤੋਂ, ਉਹ ਪਿਛਲੇ ਹਫ਼ਤੇ ਇੱਕ ਉਹਦਾ ਆਪ ਦਾ ਪ੍ਰਾਈਵੇਟ ਮੈਂਬਰਸ ਬਿਲ ਪੇਸ਼ ਕੀਤਾ ਸੀਗਾ, ਅਤੇ ਉਹਦਾ ਮੇਨ ਗੋਲ ਸੀ ਇਹੀ ਸੀਗਾ ਕਿ ਜਿਹੜਾ ਪ੍ਰੋਫਿਟਸ ਜਿਹੜਾ ਹਰ ਸਾਲ ਇੰਸ਼ੋਰੈਂਸ ਕੰਪਨੀ ਪ੍ਰੋਫਿਟਸ ਮਿਲਦੇ ਨੇ, ਉਹ ਪ੍ਰੋਫਿਟਸ ਰੈਗੂਲੇਟ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਕਾਸਟ ਨਹੀਂ ਇਨਕਰੀਜ਼ ਹੁੰਦੇ ਨੇ, ਐਂਡ ਦਰ ਪ੍ਰੋਫਿਟਸ ਆਰ ਬ੍ਰੌਟ ਇਨ ਟੂ ਚੈੱਕ ਟੂ ਇਨਸ਼ੋਰ ਦੈਟ ਆਰ ਪ੍ਰੀਮੀਅਮਸ ਆਰ ਬ੍ਰੌਟ ਇਨ ਟੂ ਚੈੱਕ। ਸੋ ਅਸੀਂ ਇਹ ਦੋ ਸੋਲੂਸ਼ਨਸ ਅਸੀਂ ਆਲਰੇਡੀ ਪੇਸ਼ ਕੀਤਾ ਹੋਇਆ, ਇੱਕ ਤਾਂ ਹੈਗਾ ਪੋਸਟਕੋ ਡਿਸਕ੍ਰਿਮੀਨੇਸ਼ਨ ਨੂੰ ਬੰਦ ਕਰਾਉਣ ਲਈ, ਦੂਸਰਾ ਹੈਗਾ ਜਿਹੜਾ ਪ੍ਰੋਫਿਟ ਸਿਸਟਮ ਜਿੰਨੇ ਕੁ ਪ੍ਰੋਫਿਟਸ ਇੰਸ਼ੋਰੈਂਸ ਕੰਪਨੀ ਨੂੰ ਮਿਲਦੇ ਨੇ ਉਹ ਜ਼ਿਆਦਾ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਟੂ ਬ੍ਰਿੰਗ ਦ ਸਿਸਟਮ ਇਨ ਚੈੱਕ। ਦੋਨੇ ਸਲਿਊਸ਼ਨ 'ਤੇ ਕੰਸਰਵੇਟਿਵ ਸਰਕਾਰ ਇਸ ਦੋਨੇ ਬਿੱਲ 'ਤੇ ਖਿਲਾਫ ਵੋਟ ਪਾਈ, ਦੇ ਡਿਫੀਟਡ ਬੋਥ ਆਫ ਦੈਮ, ਐਂਡ ਇਨਸਟੈਡ ਉਹਦਾ ਬਜਟ ਦੇ ਵਿੱਚ ਕੋਈ ਖਾਸ ਚੀਜ਼ ਨਹੀਂ ਲਿਖਿਆ ਹੋਇਆ ਔਰ ਇੰਸ਼ੋਰੈਂਸ ਬਾਰੇ, ਸਪੈਸ਼ਲੀ ਪੋਸਟ ਕੋਡ ਡਿਸਕ੍ਰਿਮੀਨੇਸ਼ਨ ਬਾਰੇ ਉਹ ਕੁਛ ਖਾਸ ਨਹੀਂ ਲਿਖਿਆ। And why do you think they are doing that? Because do you think they have something against Brampton? Jive university vi hun Brampton ch nahi aa rahi hai, te Patrick Brown jehde Brampton de mayor ne oh kise tarike naal university nu lyan di puri koshish kar rahe han. Brampton di auto insurance bare jaisi gal kariye ta oh thalle nahi ja rahi hai. Healthcare de bare gal kariye, Brampton ch koi hospital ho nahi aa raha, Peel Memorial te hi dependency rakhi gayi hai. Halanki sarkar da kehna hai ki agle kuch samay ch bahut sare jehde 3000 jehde ne oh beds leke aan wali hai ਪ੍ਰੋਵਿੰਸ ਵਾਈਡ, ਅਤੇ ਤੁਹਾਨੂੰ ਲੱਗਦਾ ਕਿ ਇਹ 'ਚ ਬਰੈਂਪਟਨ ਪਰਟੀਕੁਲਰਲੀ ਟਾਰਗੇਟ ਕੀਤਾ ਜਾ ਰਿਹਾ? ਸੋ ਜੇ ਅਸੀਂ ਜਦੋਂ ਅਸੀਂ ਕੰਸਰਨ ਦਾ ਟਰੈਕ ਰਿਕਾਰਡ ਅਸੀਂ ਦੇਖਦੇ ਹਾਂ, ਉਦੋਂ ਆਲਮੋਸਟ ਇੱਕ ਸਾਲ ਹੁਣ ਹੋ ਗਿਆ ਜਦੋਂ ਇਲੈਕਟ ਕੀਤਾ ਹੋਇਆ, ਸਾਲ ਦੇ ਵਿੱਚ ਕੀ ਹੋ ਗਿਆ ਬਰੈਂਪਟਨ ਵਾਸਤੇ? ਸਭ ਤੋਂ ਪਹਿਲੀ ਗੱਲ ਇਹੀ ਸੀ ਕਿ ਜਿਹੜਾ ਇੰਸ਼ੋਰੈਂਸ ਕੰਪਨੀਜ਼ ਜਦੋਂ ਉਹ ਰੇਟਸ ਨੂੰ ਇਨਕਰੀਜ਼ ਕਰਨੀ ਹੈ, ਉਹਨੂੰ ਪਹਿਲਾਂ ਆਂਟੇਰੀਓ ਗਵਰਨਮੈਂਟ ਤੋਂ, ਜਿਹੜਾ ਪਹਿਲਾਂ ਫਿਸਕੋ ਸੀਗਾ ਹੁਣ ਫਿਜ਼ਰਾ ਬਣ ਗਿਆ, ਉਹਨੂੰ ਇੱਕ ਦੇ ਅਪਲਾਈ ਟੂ ਗੈਟ ਐਨ ਇਨਕਰੀਜ਼ ਐਂਡ ਦੈਨ ਦੇ ਗੈਟ ਦੈਟ ਅਪਰੂਵ ਬਾਏ ਦ ਆਂਟੇਰੀਓ ਗਵਰਨਮੈਂਟ। ਸੋ ਜਦੋਂ ਉਹਨੂੰ ਇਲੈਕਟ ਹੋ ਗਿਆ ਸੀਗਾ ਇਲੈਕਸ਼ਨ ਤੋਂ ਬਾਅਦ, ਦੇ ਇਨਕਰੀਜ਼ ਦੇ ਅਪਰੂਵਡ ਇਨਕਰੀਜ਼ ਟੂ ਆਰ ਰੇਟਸ ਐਸ ਮੱਚ ਐਸ 10% ਔਰ ਮੋਰ। ਸੋ ਜਦੋਂ ਇਲੈਕਟ ਹੋ ਗਿਆ ਪਿਛਲੇ ਸਾਲ ਜੂਨ ਦੇ ਵਿੱਚ, ਰਾਈਟ ਅਵੇ ਦੇ ਅਪਰੂਵਡ ਇਨਕਰੀਜ਼ ਟੂ ਕਾਰ ਇੰਸ਼ੋਰੈਂਸ ਰੇਟਸ। ਦੂਸਰੀ ਗੱਲ, ਅਸੀਂ ਦੋ ਪ੍ਰਾਈਵੇਟ ਮੈਂਬਰਸ ਬਿੱਲ ਲੈ ਕੇ ਆਏ ਸੀਗਾ ਕਾਰ ਇੰਸ਼ੋਰੈਂਸ ਨੂੰ ਰੈਗੂਲੇਟ ਕਰਨ ਲਈ ਅਤੇ ਡਿਸਕ੍ਰਿਮੀਨੇਸ਼ਨ ਨੂੰ ਬੰਦ ਕਰਾਉਣ ਲਈ, ਉਹ ਦੋਨੇ ਬਿੱਲ 'ਤੇ ਖਿਲਾਫ ਵੋਟ ਪਾਈ। ਅਸੀਂ ਇੱਕ ਆਪੋਜੀਸ਼ਨ ਡੇ ਮੋਸ਼ਨ ਲੈ ਕੇ ਆਏ ਸੀਗਾ ਬਰੈਂਪਟਨ ਹੈਲਥ ਕੇਅਰ ਨੂੰ ਫੰਡਿੰਗ, ਸਾਡੇ ਡਿਮਾਂਡ ਸੀ ਇਹੀ ਸੀ ਕਿ ਬਰੈਂਪਟਨ ਦੇ ਵਿੱਚ ਵੀ ਨੀਡ ਬੈਟਰ ਫੰਡਿੰਗ ਫੋਰ ਹੋਸਪਿਟਲਸ, ਵੀ ਨੀਡ ਟੂ ਮੇਕ ਸ਼ੋਰ ਬਰੈਂਪਟਨ ਸਿਵਿਕ ਉਹਨੂੰ ਪੂਰੀ ਫੰਡਿੰਗ ਮਿਲਦੀ ਹੈ, ਪੀਓ ਮੈਮੋਰੀਅਲ ਉਹਦਾ ਫੇਜ਼ 2 ਜਿਹੜਾ ਐਕਸਪੈਂਸ਼ਨ ਹੋਣੀ ਚਾਹੀਦੀ ਹੈ, ਤਾਂ ਕਿ ਉਹ ਐਕਚੁਅਲੀ ਹੁਣ ਇੱਕ ਹੋਸਪਿਟਲ ਨਹੀਂ ਹੈ, ਇੱਕ ਹੈਲਥ ਸੈਂਟਰ ਹੈ, ਕਿਉਂਕਿ ਸ਼ਾਮ ਨੂੰ 10 ਵਜੇ ਬੰਦ ਹੁੰਦਾ, ਰਾਈਟ? ਸੋ ਸਾਡਾ ਮੰਗ ਸੀ ਇਹੀ ਸੀ ਜਿਹੜਾ ਫਿਊ ਮੈਮੋਰੀਅਲ ਉਹ 100% ਹੋਸਪਿਟਲ ਹੋਣੀ ਚਾਹੀਦੀ ਹੈ, ਦੂਸਰਾ ਜਿਹੜਾ ਐਕਸਪੈਂਸ਼ਨ ਹੋਣੀ ਚਾਹੀਦੀ ਹੈ, ਅਤੇ ਤੀਜਾ ਸਾਡਾ ਮੰਗ ਇਹੀ ਸੀ ਕਿ ਬਰੈਂਪਟਨ ਦੇ ਵਿੱਚ ਇੱਕ ਤੀਜਾ ਹੋਸਪਿਟਲ ਦੀ ਲੋੜ ਹੈ। ਉਸ ਆਪੋਜੀਸ਼ਨ ਦੇ ਮੋਸ਼ਨ 'ਤੇ ਕੰਸਰਵੇਟਿਵ ਸਰਕਾਰ ਖਿਲਾਫ ਵੋਟ ਪਾਏ, ਅਤੇ ਈਵਨ ਜਿਹੜੇ ਯੂਨੀਵਰਸਿਟੀ ਇਸ਼ੂ ਫਾਈਨਲੀ ਮੌਕੇ 'ਤੇ ਸਾਨੂੰ ਮਿਲ ਗਿਆ ਯੂਨੀਵਰਸਿਟੀ ਲਿਬਰ ਸਰਕਾਰ end it they should have done it earlier but they finally brought it in the end even this small thing jada pehla sanu 10 saal pehlan di load siga 15 saal pehlan di load siga when we finally got it fir bina kisi na gal karke jada consider sarkar sade university cancel kita hoya so saboot sade more hai saboot bade clear hai ke this government is not does not care about Brampton they jac even budget with dekhde ho jaan padde ho budget has over 300 pages ਅਤੇ ਇਹ ਸਾਰੇ ਜਿਹੜੇ ਬਜਟ ਵਿੱਚ ਕੁਛ ਖਾਸ ਨਹੀਂ ਲਿਖਿਆ ਬਰੈਂਪਟਨ ਦੇ ਵਿੱਚ, ਐਂਡ ਐਕਸਪੈਸ਼ਲੀ ਅਬਾਊਟ ਇਨਵੈਸਟਮੈਂਟ, ਦੇਰ ਇਜ਼ ਨਾਟ ਵਨ ਮੈਂਸ਼ਨ ਆਫ ਐਨੀ ਇਨਵੈਸਟਮੈਂਟ ਫੋਰ ਬਰੈਂਪਟਨ ਇਨ ਦ ਬਜਟ। ਸੋ ਯੂ ਨੋ ਸਬੂਤ ਬਹੁਤ ਕਲੀਅਰ ਹੈ ਕਿ ਇਹ ਜਿਹੜਾ ਕੰਸਰਨ ਸਰਕਾਰ ਦੇ ਡੋਂਟ ਕੇਅਰ ਅਬਾਊਟ ਬਰੈਂਪਟਨ, ਐਂਡ ਦੈਟਸ ਵਾਈ ਵੀ ਇਨ ਦੀ NDP ਵਿਦ ਦੀ ਅਫੀਸ਼ਲ ਆਪੋਜੀਸ਼ਨ ਵਰ ਫਾਈਟਿੰਗ ਟੂ ਮੇਕ ਸ਼ੋਰ ਦ ਵੋਇਸ ਆਫ ਬਰੈਂਪਟਨ ਇਜ਼ ਹਰਡ ਐਟ ਕੁਈਨਸ ਪਾਰਕ। There's also this mention ki jehra appeal region nu amalgamate karan di pehla koshish kiti ja rahi thi Ontario sarkar da proposal siga par jithe Mississauga di mayor continuously eh gal kahi ja rahe ki oh Peel region chon separate hona chahnde han Brampton te Caledon to separate hona chahnde han te Patrick Brown ne vi koi khas ede te statement nahi ditti hai te provincial government da khas taur te opposition party da ki ede te take hai ki eh changes hone chahide han kyunki haal hi ch federal sarkar vallon bhi Mississauga nu funding ditti gayi hai to us to pehla vi jad Prime Minister Trudeau
ਸਰਪੰਚ ਸੀਗੇ ਮਿਸਿਸ ਆਗਾ ਅਤੇ ਉਹਨਾਂ ਨੇ ਲਾਸਟ ਟਾਈਮ ਵੀ ਫੰਡਿੰਗ ਮਿਸਿਸ ਆਗਾ ਲਈ ਕੱਢੀ ਸੀਗੀ ਤਾਂ ਬ੍ਰੈਂਪਟਨ ਨੂੰ ਫੈਡਰਲ ਸਰਕਾਰ ਵੱਲੋਂ ਵੀ ਬਹੁਤਾ ਕੋਈ ਜਿਹੜਾ ਹੈ ਮੁਨਾਫਾ ਹੁੰਦਾ ਨਹੀਂ ਨਜ਼ਰ ਆ ਰਿਹਾ। ਜਦ ਉਹਨਾਂ ਨੂੰ ਅਸੀਂ ਹੈਲਥ ਕੇਅਰ ਦਾ ਸਵਾਲ ਪਾਉਂਦੇ ਹਾਂ ਤਾਂ ਉਹ ਫੈਡਰਲ ਸਰਕਾਰ ਇਹ ਗੱਲ ਕਹਿ ਕੇ ਕੰਨੀ ਕੱਟ ਲੈਂਦੇ ਹਨ ਕਿ ਇਹ ਤਾਂ ਪ੍ਰੋਵਿੰਸ਼ੀਅਲ ਇਸ਼ੂ ਹੈ, ਪਰ ਸਾਰਾ ਸਾਨੂੰ ਪਤਾ ਹੈ ਕਿ ਤਿੰਨੋਂ ਗਵਰਨਮੈਂਟਸ ਕਨੈਕਟਡ ਨੇ ਅਤੇ ਕਿਸੇ ਨਾ ਕਿਸੇ ਦੂਰ ਤਾਂ ਇਹ ਇਸ਼ੂ ਬਣਾਉਣਾ ਹੀ ਪੈਣਾ। ਬਿਲਕੁਲ ਜੀ, ਤੋ ਜੇ ਜਦੋਂ ਅਸੀਂ ਬ੍ਰੈਂਪਟਨ ਬਾਰੇ ਅਸੀਂ ਦੇਖਦੇ ਹਾਂ especially about all these changes that are coming forward, Hamesha, Brampton actually is always left behind. Kyunki jaise dekhde ho, if we even think about this idea of amalgamation, well, pehla se eh de bare gal karni hai ke there's a thing, an organization called Fair Share Appeal. So pichle ke saal li, jinne Bramptonians paise dende ne region appeal vaste, in general in taxes to this province, sanu wapas nahi milde ne in terms of our services. So Brampton is being left behind. Brampton's not getting its fair share. The JC koi step lenni hai about all these amalgamations and all these things. Sab to pehli gal assi ehi dekhna chahida ki what is the impact going to be on Brampton and how can we make sure that we're getting our fair piece of the pie that dinak assi already dete hoya you know to support this province and this region that ovi sanu wapas milni chahidi hai in terms of investment, in terms of services and in terms of support for our city.